ਇਸ ਵੇਲੇ ਦੀ ਬੇहद ਮੰਦਭਾਗੀ ਖਬਰ ਕਬੱਡੀ ਜਗਤੋਂ ਆ ਰਹੀ ਹੈ ਇੱਕ ਮਸ਼ਹੂਰ ਕਬੱਡੀ ਖਿਡਾਰੀ ਦੀ ਮੈਚ ਦੌਰਾਨ ਹੀ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਈਏ ਕਿ ਮਸ਼ਹੂਰ ਕਬੱਡੀ ਖਿਡਾਰੀ ਮਨਪ੍ਰੀਤ ਮੰਨੂ ਮਸਾਣਾ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਤੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬੀਤੇ ਸ਼ਾਮ ਜਦੋਂ ਇੱਕ ਮੈਚ ਚੱਲ ਰਿਹਾ ਸੀ ਤਾਂ ਮਸ਼ਹੂਰ ਕਬੱਡੀ ਖਿਡਾਰੀ ਮੰਨੂ ਮਸਾਣਾ ਉਸ ਦੇ ਸਿਰ ਵਿੱਚ ਸੱਟ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤੇ ਕਬੱਡੀ ਜਗਤ ਦੇ ਵਿੱਚ ਇਸ ਘਟਨਾ ਦੇ ਨਾਲ ਸੋਗ ਦੀ ਲਹਿਰ ਫੈਲ ਗਈ ਹੈ ਤੁਹਾਨੂੰ ਦੱਸ ਦਈਏ ਕਿ ਮਨਪ੍ਰੀਤ ਮੰਨੂ ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਡੇਰਾ ਬਾਬਾ ਨਾਲ ਸਬੰਧਤ ਹੈ ਅਤੇ ਪਿੰਡ ਮਸਾਣਾ ਦਾ ਰਹਿਣ ਵਾਲਾ ਸੀ ਇਸ ਦੌਰਾਨ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਲ ਸਬੰਧਤ ਪਿੰਡ ਮਸਾਣਾ ਦੇ ਸਰਪੰਚ ਵਿਕਰਮਜੀਤ ਸਿੰਘ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਪਿੰਡ ਦੇ ਹੋਣਹਾਰ ਖਿਡਾਰੀ ਮਨਪ੍ਰੀਤ ਸਿੰਘ ਮੰਨੂ ਪ੍ਰਸਿੱਧ ਜਾਫੀ ਸਨ ਅਤੇ ਅਮਰੀਕਸਰ ਦੇ ਪਿੰਡ ਖਤਰਾਈ ਕਲਾ ਵਿਖੇ ਕਬੱਡੀ ਦੇ ਮੈਚ ਦੌਰਾਨ ਉਹਨਾਂ ਦੀ ਮੌਤ ਹੋ ਗਈ ਜੋ ਕਿ ਬੇहद ਮੰਦ ਭਾਗੀ ਗੱਲ ਹੈ ਸਰਪੰਚ ਵੱਲੋਂ ਇਹ ਵੀ ਦੱਸਿਆ ਗਿਆ ਕਿ ਬੀਤੇ ਮਹੀਨੇ ਮਨਪ੍ਰੀਤ ਦੇ ਪਿਤਾ ਮੋਹਨ ਸਿੰਘ ਦੀ ਵੀ ਮੌਤ ਹੋਈ ਸੀ ਅਤੇ ਹਾਲ ਹੀ ਵਿੱਚ ਉਹ ਨਿਊਜ਼ੀਲੈਂਡ ਤੋਂ ਕਬੱਡੀ ਖੇਡ ਕੇ ਵਾਪਸ ਆਇਆ ਸੀ ਦੱਸ ਦਈਏ ਕਿ ਮੰਤਰੀਤ ਮੰਨੂ ਮਸਾਣਾ ਆਪਣੇ ਪਿੱਛੇ ਆਪਣਾ ਛੋਟਾ ਭਰਾ ਪ੍ਰਭਜੋਤ ਸਿੰਘ ਪਤਨੀ ਅਤੇ ਇੱਕ 마ਸੂਮ ਬੱਚੀ ਨੂੰ ਛੱਡ ਗਿਆ ਹੈ ਮੰਨੂ ਦੀ ਮੌਤ ਨੇ ਨਾਲ ਕਬੱਡੀ ਜਗਤ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਹੈ ਜਿਵੇਂ ਮੰਨੂ ਮਸਾਣਾ ਦੀ ਮੌਦੀ ਖਬਰ ਸਾਹਮਣੇ ਆਈ ਤਾਂ ਕਬੱਡੀ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਕਿਉਂਕਿ ਖਿਡਾਰੀਆਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਕਬੱਡੀ ਦਾ ਮੈਚ ਖੇਡ ਦੇ ਖੇਡ ਦੇ ਉਹਨਾਂ ਦਾ ਇੱਕ ਸਾਥੀ ਖਿਡਾਰੀ ਇਸ ਦੁਨੀਆ ਤੋਂ ਚਲਾ ਗਿਆ ਤਾਂ ਵੱਡੀ ਖਬਰ ਕਬੱਡੀ ਜਗਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਮਸ਼ਹੂਰ ਕਬੱਡੀ ਖਿਡਾਰੀ ਮਨਪ੍ਰੀਤ ਉਰਫ ਮੰਨੂ ਮਸਾਣਾ ਦੀ ਚੱਲਦੇ ਮੈਚ ਦੌਰਾਨ ਮੌਤ ਹੋ ਗਈ ਚੱਲਦੇ ਮੈਚ ਦੌਰਾਨ ਮੰਨੂ ਮਸਾਣਾ ਦੇ ਸਿਰ ਦੇ ਵਿੱਚ ਸੱਟ ਲੱਗਦੀ ਹੈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਤੇ ਉਹ ਇਸ ਪਾਣੀ ਸਰਥਾਨ ਨੂੰ ਅਲਵਿਦਾ ਆਖ ਜਾਂਦਾ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਮੈਚ ਚੱਲ ਰਿਹਾ ਸੀ ਜਿਸ ਦੌਰਾਨ ਮੰਨੂ ਮਸਾਣਾ ਦੇ ਸਿਰ ਵਿੱਚ ਸੱਟ ਲੱਗਦੀ ਹੈ ਤਾਂ ਮਸ਼ਹੂਰ ਜਾਫੀ ਸੀ ਮੰਨੂ ਮਸਾਣਾ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਦੇ ਪਿੰਡ ਮਸਾਣਾ ਦਾ ਰਹਿਣ ਵਾਲਾ ਸੀ ਮੰਨੂ ਮਸਾਣਾ ਜੋ ਕਬੱਡੀ ਜਗਤ ਦੇ ਵਿੱਚ ਮਸ਼ਹੂਰ ਜਾਫੀ ਸੀ ਅਤੇ ਵੱਡੇ-ਵੱਡੇ ਖਿਡਾਰੀਆਂ ਨੂੰ ਜਾਫਾ ਪਾ ਲੈਂਦਾ ਸੀ ਪਰ ਹੁਣ ਉਹ ਇਸ ਸੰਸਾਰ ਤੋਂ अलविदा ਕਰ ਚੁਕਾ ਹੈ ਸੰਸਾਰ ਨੂੰ અલविदा ਕੇ ਰੁਖਸਤ ਹੋ ਚੁਕਾ ਹੈ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਮੰਨੂ ਮਸਾਣਾ ਕਬੱਡੀ ਜਗਤ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਇਸ ਖਬਰ ਦੇ ਨਾਲ ਜਿਵੇਂ ਹੀ ਇਹ ਖਬਰ ਬਾਹਰ ਆਉਂਦੀ ਹੈ ਤਾਂ ਕਬੱਡੀ ਖਿਡਾਰੀਆਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਕਬੱਡੀ ਖਿਡਾਰੀ ਇਸੇ ਤਰ੍ਹਾਂ ਜਹਾਨੋਂ ਰੁਖਸਤ ਹੋ ਚੁੱਕੇ ਨੇ ਮਸ਼ਹੂਰ ਕਬੱਡੀ ਖਿਡਾਰੀ ਜਿਨ੍ਹਾਂ ਦੇ ਚੜ੍ਹਦੀ ਜਵਾਨੀ ਦੇ ਵਿੱਚ ਮੌਤ ਹੋ ਗਈ ਤੇ ਹੁਣ ਉਹਨਾਂ ਦੇ ਵਿੱਚ ਇੱਕ ਹੋਰ ਨਾਮ ਮੰਨਿਤ ਮੰਨੂ ਮਸਾਣਾ ਦਾ ਜੁੜ ਚੁਕਾ ਹੈ ਜੋ ਚੜ੍ਹਦੀ ਉਮਰ ਦੇ ਵਿੱਚ ਹੀ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਿਆ ਇਸ ਸੰਸਾਰ ਨੂੰ અલਵਿਦਾ ਆਖ ਗਿਆ ਤੇ ਉਸ ਮੌਤ ਵੀ ਇਸ ਤਰ੍ਹਾਂ ਦੀ ਆਈ ਕਿ ਹਰੇਕ ਕਬੱਡੀ ਖਿਡਾਰੀ ਸ਼ਾਇਦ ਸੋਚ ਵੀ ਨਹੀਂ ਸਕਦਾ ਕੋਈ ਕਬੱਡੀ ਖਿਡਾਰੀ ਕਿ ਕਿਸ ਤਰ੍ਹਾਂ ਚੱਲਦੇ ਮੈਚ ਦੇ ਵਿੱਚ ਖੇਡਦੇ ਹੋਏ ਕਿਸੇ ਖਿਡਾਰੀ ਨੂੰ ਇਸ ਤਰ੍ਹਾਂ ਮੌਤ ਆ ਸਕਦੀ ਹੈ ਤਾਂ ਮਸ਼ਹੂਰ ਕਬੱਡੀ ਖਿਡਾਰੀ ਮਨਪ੍ਰੀਤ ਮੰਨੂ ਮਸਾਣਾ ਦੀ ਮੌਤ ਦੇ ਨਾਲ ਕਬੱਡੀ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ ਮਹੀਨੇ ਹੀ ਮੰਨੂ ਮਸਾਣਾ ਦੇ ਪਿਤਾ ਦੀ ਮੌਤ ਹੋਈ ਸੀ ਔਰ ਉਸ ਤੋਂ ਬਾਅਦ ਆਪਣੇ ਪਿੱਛੇ ਮਨਪ੍ਰੀਤ ਮੰਨੂ ਮਸਾਣਾ ਆਪਣੀ ਪਤਨੀ ਬੇਟੀ ਅਤੇ ਆਪਣੇ ਛੋਟੇ ਭਰਾ ਨੂੰ ਛੱਡ ਗਿਆ ਹੈ ਤਾਂ ਕਬੱਡੀ ਜਗਤ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਇਸ ਖਬਰ ਦੇ ਨਾਲ ਮਨਪ੍ਰਿਤ ਮੰਨੂ ਮਸਾਣਾ ਜੋ ਕਿ ਮਸ਼ਹੂਰ ਜਾਫੀ ਸੀ ਬੀਤੇ ਮਹੀਨੇ ਹੀ ਨਿਊਜ਼ੀਲੈਂਡ ਦਾ ਦੌਰਾ ਕਰਕੇ ਆਇਆ ਸੀ ਔਰ ਅੰਮ੍ਰਿਤਸਰ ਵਿੱਚ ਮੈਚ ਜੋ ਕਬੱਡੀ ਖੇਡਿਆ ਜਾ ਰਿਹਾ ਸੀ ਤਾਂ ਉਸ ਦੌਰਾਨ ਮੰਨੂ ਮਸਾਣਾ ਦੇ ਸਿਰ ਦੇ ਵਿੱਚ ਸੱਟ ਲੱਗਦੀ ਹੈ ਜਿਸ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ